ਓਏ ਖੁਦਾ ਦਾ ਨਾਂ ਹੀ ਉਹ ਡੰਗ ਚੱਲੀ ਉਹ ਛਣਕ ਡੰਗ ਚੱਲੀ ਉਹ ਚੱਲ 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 ਓਏ ਇੱਕ ਮਿੰਟ ਓਏ ਗਈਆ ਉਹ ਦਰਿਆ ਜਣਾ ਕੋ ਉਹ ਡੰਗ ਚੱਲ 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 ਉਹ ਵੀ ਕੇ ਲੱਤਾਂ ਭਾਗ ਜਾਣੀਆਂ ਵਾ ਉਹ ਵੀ ਜਣਾ ਮੈਂ ਬੰਦ ਕਰ ਦੇ ਉਹ ਵੀ ਜਣਾ ਹੀ ਮੇਰੀਆਂ ਲੱਤਾਂ ਗਈਆਂ ਚੱਲ ਚਲਾ ਪਰੇ ਹੋ ਜਾਂਦੇ ਇੰਜ ਕਿਹਾ ਜਿਵੇਂ ਕਾਲੂ ਸਾਹਿਬ ਸ਼ੋਖੀ ਸ਼ੋਖੀ ਨਾ ਨਾ ਸਵੇਰੇ ਮੁੜ ਕੇ ਇੰਜ ਆਉਣਾ ਦਫ਼ਤਰ ਤੁਸੀਂ ਇਹ ਖੱਲੀਆਂ ਪੈ ਜਾਂਦੀਆਂ ਤੁਹਾਨੂੰ ਤੈਨੂੰ ਪੁੱਤੀਆਂ ਖੱਲੀਆਂ ਪੈ ਜਾਣੀਆਂ ਤੈਨੂੰ ਜੈਲਸ ਨਹੀਂ ਹੁੰਦਿਆਂ ਮੈਂ ਆਹ ਸ਼ਰਟ ਹੀ ਨਹੀਂ ਇਸ ਜਿਮ 'ਚ ਆਉਣ ਵਾਲੀ ਉਹ ਸ਼ਰਟ ਭਾਜੀ ਹੋ ਰਿਹਾ ਕੀ ਨਾਂ ਸੀ ਨਾਸਰ ਨਾਸਰ ਭਾਈ ਇਹ ਜਿਹੜਾ ਇੱਥੇ ਬੰਦਾ ਕੰਮ ਕਰਦਾ ਹੈ ਉਹਦੀ ਆਪਣੀ ਇੱਕ ਸ਼ਰਟ ਤੁਹਾਡੇ ਵਰਗੀ ਜਿਹੜੀ ਸ਼ਰਟ ਆ ਉਹ ਤੋਂ ਪਰਚੇਸ ਕਰ ਸਕਦਾ ਚਲੋ ਕਿੰਨੇ ਦੀ ਆ ਐਵੇਂ ਕੋਈ 5,000 ਦੀ ਉਹ ਤੋਂ ਮੈਂ ਆਪਣੀ ਸਾਈਕਲ ਲੈ ਆਉਣੀ ਪਿੰਡੋਂ ਆਪਣੀ ਸਾਈਕਲ ਤੋਂ ਸ਼ੀਸ਼ੇ ਤੋਂ ਬਾਹਰ ਵੀ ਚੱਲੇ ਜਾਣਾ ਹਾਂਜੀ ਥੱਲੇ ਗੰਨੇ ਵਾਲੀ ਟਰਾਲੀ 'ਚ ਵੱਜਣਾ ਤੂੰ ਜਾ ਕੇ ਅੱਛਾ ਐਂਚ ਪੈਰ ਨਾ ਅਜੇ ਧਿਆਨ ਲੱਗੇ ਇਹ ਤਰ੍ਹਾਂ ਦੇਖੋ ਫੁੱਲ ਹੈ ਇਸ ਟਾਈਮ ਫੁੱਲ ਜਿੰਨਾ ਹੁੰਦਾ ਨਾ ਤੈਂ ਦੇਖਣਾ ਇਹ ਤਾਕਤ ਚੈੱਕ ਕਰੋ ਭਰਾ ਦੀ ਇਹ ਇਹ ਇਸ ਤੋਂ ਜ਼ਿਆਦਾ ਨਹੀਂ ਹੈਗਾ ਭਾਰ 100 ਕਿਲੋ ਇੱਕ ਲੱਤ 'ਤੇ ਆ 100 ਕਿਲੋ ਇੱਕ ਲੱਤ 'ਤੇ ਆ 200 ਕਿਲੋ ਆ ਦੋਵੇਂ ਔਰ ਕਹਿੰਦੇ ਸਾਡੇ ਕੋਲ ਪਲੇਟਾਂ ਮੁੱਕ ਗਈਆਂ ਨੇ ਆ ਦੇਖੋ ਨਾਜ਼ਰੀਨ ਜਿੰਮ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਅੱਜ ਕੱਲ੍ਹ ਕੰਮ ਸ਼ਾਮ ਜੇ ਉਹ ਸਾਰਾ ਹਿਸਾਬ ਕਿਤਾਬ ਜਿਹੜਾ ਨਾ ਉਹ ਪਹਿਲੇ ਵਾਲਾ ਨਹੀਂ ਹੈਗਾ ਕਿ ਸੁਬਹਾ ਕੰਮ 'ਤੇ ਗਏ ਰਾਤ ਤੱਕ ਥੱਕ ਗਏ ਅਤੇ ਜਨਾਬ ਜੀ ਹੁਣ ਜਿਹੜਾ ਨਾ ਜਿੰਮ ਲਾਜ਼ਮੀ ਆ ਜੇ ਜਿੰਮ ਨਹੀਂ ਕਰ ਸਕਦੇ ਤਾਂ ਕਿਤੇ ਨੱਸ ਭੱਜ ਕਰੋ ਜੋ ਮਰਜ਼ੀ ਕਰੋ ਲੇਕਿਨ ਜ਼ਰੂਰੀ ਆ ਇਹ ਮੈਂ ਤੁਹਾਨੂੰ ਦੱਸਣਾ ਨਾ ਜਿੰਮ ਹੈਗੀ ਤਾਂ ਤੁਸੀਂ ਪਰੇਸ਼ਾਨ ਹੋ ਜਾਣਾ ਜਿੱਦਾਂ ਆਪਣਾ ਐਡਾ ਢਿੱਡ ਆ ਯਕੀਨ ਕਰੋ ਹੁਣ ਇਹਨੇ ਆਉਣਾ ਨਾ ਤੁਸੀਂ ਉਹਦੀ ਸ਼ਕਲ ਪਛਾਣ ਲੈਣੀ ਕਿ ਇਹਦਾ ਜਿੰਮ ਹੈ ਹਲੋ ਜਿੰਮ ਹਾਲੇ ਸ਼ੁਰੂ ਨਹੀਂ ਹੋਇਆ ਕੀੜੇ ਪੈ ਗਏ ਜਿੰਮ 'ਚ ਮੈਂ ਤੁਹਾਨੂੰ ਸਾਰੀਆਂ ਮਸ਼ੀਨਾਂ ਮਸ਼ੀਨਾਂ ਵੀ ਦਿਖਾਉਂਦਾ ਸਾਰਾ ਕੁਝ ਹਿਸਾਬ ਕਿਤਾਬ ਦਿਖਾਉਂਦਾ ਆ ਭਾਈ ਨੇ ਇੱਕ ਮਿੰਟ ਗੱਲ ਸੁਣਨਾ ਭਾਈਜਨ ਨੂੰ ਦਿਓ ਭਾਈਜਨ ਕੀ ਹਾਲ ਹੈ ਠੀਕ ਠਾਕ ਹੈ ਇਹ ਰੰਗ ਜਿਹੜਾ ਤੁਹਾਡਾ ਇਹ ਤੁਸੀਂ ਆਪਣਾ ਤੁਹਾਡੇ ਇੱਥੇ ਦੀ ਵਰਦੀ ਹੈ ਹਾਂਜੀ ਕਦੋਂ ਓਪਨਿੰਗ ਕੀਤੀ ਇਹਦੀ ਕੱਲ੍ਹ ਓਪਨਿੰਗ ਸੀ ਕੱਲ੍ਹ ਓਪਨਿੰਗ ਸੀ ਕੱਲ੍ਹ ਓਪਨਿੰਗ ਸੀ ਅੱਜ ਪਹਿਲਾ ਦਿਨ ਅੱਜ ਪਹਿਲਾ ਦਿਨ ਪਹਿਲੇ ਦਿਨ 'ਚ ਇੰਨਾ ਕਰ ਲਿਆ ਤੁਸੀਂ ਆਹੋ ਹਾਈ ਪੀ ਤਾਂ ਖੁੱਲ੍ਹ ਗਏ ਹਾਏ ਗੇਮ ਲਾਈ ਦੇ ਖੁੱਲ੍ਹ ਗਈ ਵਾਹ ਵਾਹ ਮੈਨੂੰ ਇੱਥੋਂ ਮਿੱਠੇ ਚੌਲਾਂ ਦੀ ਖੁਸ਼ਬੂ ਆ ਰਹੀ ਹੈ ਪਹਿਲੇ ਸ਼ਾਦੀ ਹਾਲ 'ਤੇ ਨਹੀਂ ਸੀ ਲੱਗ ਰਿਹਾ ਸੀ ਦੱਸਣਾ ਖੰਨਾ ਥੱਲੋਂ ਚੌਲ ਵੀ ਤੁਹਾਨੂੰ ਨਿਕਲ ਆਉਣਗੇ ਬੋਟੀਆਂ ਦੀਆਂ ਹੱਡੀਆਂ ਵੀ ਨਿਕਲਣਗੀਆਂ ਥੱਲੋਂ ਆ ਰਹੇ ਹਨ ਆ ਰਿਹਾ ਹੈ ਸੀ ਸ਼ਾਦੀ ਹਾਲ ਦਿੱਤਾ ਸ਼ਾਦੀ ਹਾਲ ਸੀ ਨਾ ਆਪਾਂ ਜਿੰਮ 'ਚ ਡਿਜ਼ਾਈਨ ਕਰਤਾ ਹਾਂ ਲੋਕੀ ਬਹਿ ਕੇ ਖਾਂਦੇ ਸੀ ਆਪਾਂ ਘਟਾ ਲਈਦਾ ਹੁਣ ਹਾਂ ਅੱਛਾ ਇਹ ਫੈਸਲਾਬਾਦ ਅੱਗੇ ਮੈਂ ਲਾਹੌਰ ਵੀ ਕੀਤਾ ਸੀ ਨਾ ਸ਼ੋ ਨਾਦਰੀ ਜਿੰਮ 'ਚ ਉੱਥੇ ਇੱਦਾਂ ਦੇ ਬੋਲਣ ਵਾਲੇ ਨਹੀਂ ਹੋਣਗੇ ਕਿਉਂਕਿ ਉਹ ਲਾਹੌਰੀ ਸੀ ਵਿਚਾਰੇ ਜੀ ਸਾਰਿਆਂ ਦਾ ਇਹ ਨਹੀਂ ਇਹ ਤੁਸੀਂ ਬਾਡੀ ਬੂਡੀ ਭਾਵਾਂ ਮਿਸਟਰ ਵਰਲਡ ਵੀ ਹੋਵੇ
ਜ਼ੁਬਾਨੋਂ ਭੰਡ ਟੈਪ ਹੀ ਹੋਣਗੇ ਸਾਡੇ ਫੈਸਲਾਬਾਦੀ ਹਾਂ ਸਾਡੇ ਫੈਸ ਇੱਥੇ ਕੋਈ ਰੌਲਾ ਨਹੀਂ ਭਾਵੇਂ ਉਹਨਾਂ ਦੀ ਫੋਰਚੂਨਰ ਵੀ ਥੱਲੇ ਖਲੋਤੀ ਹੋਵੇ ਤਬੀਅਤ ਇਹੀ ਹੋਣੀ ਸਾਡੀ ਕੁਛ ਮਜ਼ਾਕ ਪਤਾ ਤੁਸੀਂ ਉੱਥੋਂ ਤੁਰੇ ਹੋ ਤੇ ਕਿੱਥੇ ਆ ਕੇ ਤੁਸੀਂ ਰੁਕੇ ਹੈਨਾ ਅੱਛਾ ਸਰ ਜੀ ਇਹ ਦੱਸੋ ਜੀ ਜੀ ਇਸ ਜਿਮ 'ਚ ਕਿਹੜੀ ਐਸੀ ਚੀਜ਼ ਆ ਜਿਹੜੀ ਤੁਸੀਂ ਕੋਈ ਡਿਫਰੈਂਟ ਦੇਣ ਦੀ ਕੋਸ਼ਿਸ਼ ਕੀਤੀ ਮਾਨ ਨੂੰ ਸਰ ਬੇਸਿਕਲੀ ਏਅਰ ਕੰਡੀਸ਼ਨ ਮਾਹੌਲ ਅਤੇ ਫਿਟਨੈਸ ਨੂੰ ਪ੍ਰਮੋਟ ਕਰ ਰਹੇ ਬੇਸਿਕਲੀ ਅਸੀਂ ਲੋਕਾਂ ਦੇ ਫਿਟਨੈਸ ਸਕੋਰ ਨੂੰ ਪਹਿਲੇ ਦੇਖੀਦਾ ਕਿ ਬੰਦੇ ਨੂੰ ਪਹਿਲੇ ਪਤਾ ਚੱਲੇਗਾ ਕਿ ਉਹਦੀ ਹਾਈਟ ਦੇ ਹਿਸਾਬ ਨਾਲ ਉਹਦਾ ਕਿੰਨਾ ਵਜ਼ਨ ਜ਼ਿਆਦਾ ਉਹਨੇ ਕਿੰਨਾ ਵਧਾ ਲਿਆ ਕਿੰਨਾ ਘੱਟ ਕਰਨਾ ਬਹੁਤਾ ਨਾ ਘੱਟ ਕਰ ਲਵੇ ਇਹ ਹੋਏਗਾ ਕੋਈ 16.5 ਤੇ ਰਾਊਂਡ ਹੋਏਗਾ 16.5 ਹਾਂ ਦੁਨੀਆ 'ਚ ਸਭ ਤੋਂ ਕਿਹੜਾ ਬਾਡੀ ਬਿਲਡਰ ਜਿਹਦਾ ਸਭ ਤੋਂ ਵੱਡਾ ਵਾ ਡੋਲਾ ਬਹੁਤ ਜ਼ਿਆਦਾ ਨਹੀਂ ਲੇਕਿਨ ਲੈਜੈਂਡ ਆਰਨਰ ਦਾ ਕਿਹੜਾ ਸੀ ਜਦੋਂ ਉਹਨੇ ਮਿਸਟਰ 36 ਇੰਚ ਸੀ ਨਹੀਂ ਨਹੀਂ 36 24-25 ਦਾ ਰਾਊਂਡ ਹੋਏਗਾ ਇਹਦੇ ਨਾਲ ਡਬਲ ਹਾਂ ਡਬਲ ਓਏ ਉਸਤਾਦ ਜੀ ਇਹਦੇ ਨਾਲ ਡਬਲ 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 ਤੁਸੀਂ ਉੱਥੇ ਤੱਕ ਜਾਣ ਦਾ ਕੁਝ ਸੋਚਿਆ ਸਰ ਇਹ ਸਾਡੀ ਇੱਕ ਬਹੁਤ ਵੱਡੀ ਗਲਤ ਫਹਿਮੀ ਸਰ ਬੇਸਿਕਲੀ ਅਸੀਂ ਉਹੀ ਅਵੇਅਰਨੈਸ ਲੋਕਾਂ ਨੂੰ ਦੇ ਰਹੇ ਹਾਂ ਕਿ ਫਿਟਨੈਸ ਆ ਲਾਓ ਠੀਕ ਹੈ ਆਪਣੀ ਫਿਟਨੈਸ ਨੂੰ ਬਿਹਤਰ ਕਰੋ ਹਾਂ ਆਪਣੀ ਡਾਈਟ ਨੂੰ ਵੀ ਇੰਜੋਏ ਕਰੋ ਹਾਂ ਲਾਈਫ ਸਟਾਈਲ 'ਚ ਆਪਣੀ ਫਿਟਨੈਸ ਨੂੰ ਐਡ ਕਰ ਲਓ ਨਾਲ ਥੋੜ੍ਹੀ ਜਿਹੀ ਐਕਸਰਸਾਈਜ਼ ਤੁਸੀਂ ਇਹਨਾਂ ਦੀ ਚਲਾਕੀ ਚੈੱਕ ਕਰੋ ਰਿਹਾ ਮੈਂ ਤੁਹਾਨੂੰ ਚੀਜ਼ ਨੇ ਦਿਖਾਉਂ ਇਹ 2 ਏਸੀ ਲੱਗੇ ਨੇ ਕਿਉਂਕਿ ਇਹਨਾਂ ਨੇ ਲੈਣੇ ਯੂਜ਼ ਦੇ ਵਿੱਚ ਅੱਛਾ ਨਵੇਂ ਬਹੁਤ ਮਹਿੰਗੇ ਨੇ ਐਡੇ ਜਿਹਨੇ ਦਿੱਤੇ ਨੇ ਨਾ ਯੂਜ਼ 'ਚ ਇਹਨਾਂ ਨੇ ਕਿਹਾ ਅਗਰ ਖਰਾਬ ਹੋ ਗਿਆ ਉਹਨੇ ਕਿਹਾ ਮੈਂ ਇੱਕ ਹੋਰ ਨਾਲ ਦਿਆਂਗਾ ਖਰਾਬ ਹੋਇਆ ਉਹ ਚਲਾ ਲੈਣਾ ਪੈਸੇ ਇੱਕੋ ਦੇ ਦਿਓ ਖਲੋਤਾ ਨਾਲ ਉਹ ਨਾਲ ਖੜਾ ਹੋ ਸਟੈਂਡ ਬਾਏ ਤੇ ਚਲਾਇਆ ਨਹੀਂ ਔਰ ਹਰ ਜਗ੍ਹਾ ਤੇ 2 ਨੇ ਸਾਰੇ ਹਿਸਾਬ ਦਾ ਔਰ ਸ਼ਹਾਦੇ ਦੀ ਤਸਵੀਰ ਲਾਈ ਆ ਆਰਨਲਡ ਦੀ ਜਿਹੜਾ ਜ਼ਿਕਰ ਹੋ ਰਿਹਾ ਸੀ ਓਏ ਹਾਏ ਹਾਏ ਸਰ ਇਸ ਤੋਂ ਬਾਅਦ ਕੋਈ ਹੋਰ ਵੀ ਆਇਆ ਬੰਦਾ ਸਰ ਬਹੁਤ ਲੇਕਿਨ ਬੁਨਿਆਦ ਰੱਖਣ ਵਾਲਾ ਇਹ ਬੰਦਾ ਸੀ ਬੇਸਿਕਲੀ ਮੇਰੀ ਮਿਸਟਰ ਵਰਲਡ ਹੋਇਆ ਸੀ ਮਿਸਟਰ ਵਰਲਡ ਮਿਸਟਰ ਵਰਲਡ ਮਿਸਟਰ ਯੂਨੀਵਰਸ ਆ ਛੱਡਿਆ ਕੁਛ ਨਹੀਂ ਇਹਨਾਂ ਨੇ ਔਰ ਐਕਟਰ ਵੀ ਸੁਭਾਨ ਅੱਲਾ ਹਾਂਜੀ ਪੋਲੀਟੀਸ਼ੀਅਨ ਵੀ ਫਿਰ ਉਸਤਾਦ ਜੀ ਦੀ ਕਮਾਂਡੋ ਫਿਲਮ ਦੇਖੀ ਜਦੋਂ ਕਸ਼ਤੀ 'ਚ ਬਹਿ ਗਏ ਇੰਜ ਕਰ ਹਾਂਜੀ ਕੀ ਆ ਕੱਟਦੇ ਓਏ ਹੋਏ ਹੋਏ ਤੋਬਾ ਕਰਾਤੀ ਇਹ ਜ਼ਾਲਮਾ ਇਹ ਬਰੇ ਆ ਜਾ ਸਾਹਿਬ ਤੇ ਆ ਜਾ ਇੱਕ ਮਿੰਟ ਆ ਜਾ ਮੈਂ ਚੱਲ ਚਲਾ ਓਏ ਉਹ ਕਾਲੂ ਫਿੱਟੇ ਮੂੰਹ ਪਰੇ ਹੋ ਜਾਓ ਇੰਜ ਕਿਹਾ ਜਿਵੇਂ ਕਾਲੂ ਸਾਹਿਬ ਸ਼ੋਖੀ ਸ਼ੋਖੀ ਨਾ ਨਾ ਸਵੇਰੇ ਮੁੜ ਕੇ ਇੰਜ ਆਉਣਾ ਦਫ਼ਤਰ ਤੁਸੀਂ ਇਹ ਖੱਲੀਆਂ ਪੈ ਜਾਂਦੀਆਂ ਤੁਹਾਨੂੰ ਤੈਨੂੰ ਕੁੱਤੀਆਂ ਖੱਲੀਆਂ ਪੈ ਜਾਣੀਆਂ ਤੈਨੂੰ ਜੈਲਸ ਕਾ ਤੋਂ ਹੁੰਦੇ ਜੈਲਸ ਨਹੀਂ ਹੁੰਦਿਆ ਮੈਂ ਆਹ ਸ਼ਰਟ ਹੀ ਨਹੀਂ ਇਸ ਜਿਮ 'ਚ ਆਉਣ ਵਾਲੀ ਉਹ ਸ਼ਰਟ ਭਾਜੀ ਹੋ ਰਿਹਾ ਕੀ ਨਾਂ ਸੀ ਨਾਸਿਰ ਨਾਸਿਰ ਭਾਈ
ਇਹ ਜਿਹੜਾ ਇੱਥੇ ਬੰਦਾ ਕੰਮ ਕਰਦਾ ਹੈ ਹਾਂਜੀ ਹਾਂਜੀ ਉਹਦੀ ਆਪਣੀ ਇੱਕ ਸ਼ਰਟ ਤੁਹਾਡੇ ਵਰਗੀ ਜਿਹੜੀ ਸ਼ਰਟ ਆ ਹਾਂਜੀ ਹਾਂਜੀ ਉਹ ਤੋਂ ਪਰਚੇਜ਼ ਕਰ ਸਕਦਾ ਕਰ ਸਕਦਾ ਚਲੋ ਕਿੰਨੇ ਦੀ ਆ ਐਵੇਂ ਕੋਈ 5,000 ਦੀ ਉਹ ਮੈਂ ਆਪਣੀ ਸਾਈਕਲ ਲੈ ਆਉਣੀ ਪਿੰਡੋਂ ਆਪਣੀ ਸਾਈਕਲ ਤੂੰ ਸ਼ੀਸ਼ੇ ਤੋਂ ਬਾਹਰ ਵੀ ਚਲੇ ਜਾਣਾ ਹਾਂਜੀ ਥੱਲੇ ਗੰਨਿਆਂ ਦੀ ਟਰਾਲੀ 'ਚ ਵੱਜਣਾ ਤੂੰ ਜਾ ਅੱਛਾ ਐਂ 'ਚ ਪੈਰ ਨਾ ਅਜੇ ਧਿਆਨ ਦੇਣਾ ਜੇ ਬਵੋ ਤੁਹਾਨੂੰ ਲਾ ਗਿਆ ਉੱਤਰ ਸ਼ਾਬਾਸ਼ ਸ਼ਾਬਾਸ਼ ਭੈਣ ਇਹ ਦੱਸੋ ਕਿ ਇਹਦੀ ਮੈਨੂੰ ਤੇਰਾ ਵਿਜ਼ਿਟ ਕਰਾਓ ਮਸ਼ੀਨਾਂ ਦਾ ਨਾਂ ਕੀ ਕੀ ਹੈ ਆ ਜਾਓ ਉਹ ਮਸ਼ੀਨਾਂ ਵਾਲੇ ਏਰੀਆ ਚੱਲੀਏ ਫਿਰ ਇੱਕ ਮਿੰਟ ਰੋ ਰਹੇ ਆਣਾ ਆ ਜਾਓ ਹੋਰ ਲੱਭ ਉਹ ਭਾਜੀ ਇੱਧਰ ਤੂੰ ਦੇਖੋ ਹੈਲੋ ਕੀ ਹਾਲ ਆ ਕੀ ਹੋ ਰਿਹਾ ਤੇਜ਼ ਕਿੱਥੋਂ ਸਹੀ ਤਰ੍ਹਾਂ ਭੱਜ ਤੁਰਨ ਕਿੱਦਾਂ ਦਿਆ ਜਿਵੇਂ ਤੁਰੀ ਦਾ ਉਹਦਾ ਤੁਰ ਭਾਜੀ ਤੇਜ਼ ਕਿੱਥੋਂ ਹੁੰਦੀ ਬੰਦ ਕਰ ਦੇ ਮੇਰੀਆਂ ਲੱਤਾਂ ਗਈਆਂ ਇਹ ਦੇ ਬੇਟਾ ਇੰਜ ਦੱਸੀ ਦੇ ਇੰਜ ਕਰੀ 90 ਤੂੰ ਤਾਂ ਇੰਜ ਕਰਦਾ ਇੰਜ 90 ਤੇ ਕਰੀ ਜਾ 90 ਤੇ ਛੱਡ ਕੇ ਤੇ ਪਾਗਾ ਜਿੱਥੇ ਮਰਜ਼ੀ ਕਰ ਦੇ ਕਿਉਂ ਕਰੋ ਭੈਣ 44 ਦੇ ਆ 44 ਦੇ 45 ਹੋ 45 ਦੇ ਕਰ ਦਿਓ ਬਸ ਕਰਤੇ ਉਹ ਪੈਰ ਤੇ ਥੱਲੇ ਲੱਗਾ ਨਹੀਂ ਦੇ ਤੁਹਾਡੇ ਕਰ ਦੋ ਤੇਜ਼ ਕਰ ਦੋ ਫੋਨ ਚਲਾਨ ਹੋ ਜਾਂਦਾ ਇਦਾਂ ਯਾਰ ਇੱਕ ਬਿੱਲੀ ਚੂਹੇ ਨੇ ਕਾਰਟੂਨ ਨਾ ਉਹਦੇ ਚ ਨਾ ਬਿੱਲੀ ਟੌਮ ਐਂਡ ਜੈਰੀ ਚ ਇੱਕ ਡੌਗ ਨੂੰ ਨਾ ਡੌਗ ਉਹਦਾ ਸਾਥ ਦਿੰਦਾ ਚੂਹੇ ਦਾ ਉਹ ਬਿਲਕੁਲ ਇੰਜ ਦਾ ਹੁੰਦਾ ਜਗਾ ਲੱਗਣਾ ਇੰਜ ਉਹ ਜਿਹੜਾ ਦੂਰੋਂ ਮੁੱਕਾ ਮਾਰ ਭਾਜੀ ਕੀ ਗੱਲ ਕੀ ਹੋਈ ਬੜੀ ਮਿਹਨਤ ਕੀਤੀ ਤੁਸੀਂ ਸਿਕਸ ਪੈਕ ਵੀ ਆ ਕਰਦੇ ਪੇਟ ਅੰਦਰ ਉਲਟੀ ਅੜੀ ਯਾਰ ਇਹਨਾਂ ਨੇ ਸਿਲਾਈ ਕਰਨੀ ਇਹਨਾਂ ਨੇ
ਸਿਲੰਡਰ ਬਾਡੀ ਆ ਸਿਲੰਡਰ ਬਾਡੀ। ਅੱਛਾ ਜੀ ਕੋਚ ਹੁਣ ਕੀ ਕਰਾਂ, ਚਲਾ ਵੀ ਇੱਧਰ ਆ, ਸ਼ਾਬਾਸ਼ ਮੇਰਾ ਬੁਆਏ।